देखो तुम अपने औकात में रहा करो। तुसी मेनू को काम दसो ना, मैं अभी कोल वेला नौकर फिरन डया जी। क्या काम बताओ, तुम यहां पे क्या कर रहे हो? तुम सही दसा? हां, ओनू मोहब्बत करदा है ते मैं तुहानू मोहब्बत करना वा। असि सिर्फ तुहाडी मोहब्बत वास्ते इत्थे नौकर होए आ, नहीं असि नौकर नहीं गए। स्टूपिड, तुम्हें पता नहीं कि हम कितनी ऊंची फैमिली से बिलोंग करते हैं और हम सिर्फ ऊंचे घरों के लोगों को पसंद करते हैं। ते साडा भी ऊंचा ही घर है। कैसे? असि पहाड़ी दे रहने आ। तुम्हारी इत्तला के लिए अर्ज़ है कि मेरे ख्वाबों का शहजादा वो होगा जिसकी कोई मिसाल ना हो। मेरी भी कोई मिसाल नहीं, किसी ने टेंडर डाल दी नहीं। ये 2% का मुलाजिम मेरे ख्वाबों का शहजादा कैसे हो सकता है? ओए तुम क्या करते हो कंजी खुसरी, ये तो क्या करते है? और क्या खुदा या कयामत का निशानी, एक ना मेरे से बातें करते है तुम? रंगी ले लरी टक रंग बरंगी ले लरी तोती पखी जागीर दे ये हमारा डब है। डब है? ओए काना, मुझे ये कंजी ले दो। ले रे यार, पची की कुछ भी उन्होंने खेड़ खुड़ के तोड़ देना। कहीं क्या कर ले ले और क्या करते हैं ये? वो फाड़ के वो हट बड़ा हो बात क्या छे। चलो क्या चलो लैनी है। कि मजा लेना
ਚੰਗਾ ਵੀ ਠਕ 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 ਲਾਂਤੀ ਆਦਮੀ ਜਲੇਬੀਆਂ ਨਾਲ ਕੋ ਛਿੱਤਰ ਖਾਦੇ ਸੀ ਉਹ ਕਿਸ ਤਰ੍ਹਾਂ ਉਹਨੂੰ ਕਹਿੰਦਾ 1 ਕਿਲੋ ਜਲੇਬੀਆਂ ਦੇ ਦੇ ਉਹਨੇ ਦੇਤੀਆਂ ਖਾ ਕੇ ਤਾਂ ਉੱਥੇ ਖਲੋ ਗਿਆ ਪੈਸੇ ਨਹੀਂ ਦੇਣ ਗਿਆ ਉਹਨੇ ਛਿੱਤਰ ਕੱਢ ਮਾਰੇ ਕਿਉਂ ਮਾਰ ਖਾ ਕੇ ਵੀ ਉੱਥੇ ਖਲੋਤਾ ਕਹਿੰਦਾ ਜਾਂਦਾ ਕਿਉਂ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਇੱਥੇ ਪਾ ਦੀਆਂ ਕਿਲੋ ਹੋਰ ਦੇ ਦੇ ਕੀ ਬਕਵਾਸ ਕਰਦੇ ਚਲੋ ਚਾਚਾ ਜੀ ਸਾਨੂੰ ਮਾਫ ਕਰ ਦਿਓ ਮਾਫ ਕਰਦਾ ਮੈਂ ਆਪਣੇ ਦੋਸਤ ਨੂੰ ਦੱਸਾਂਗਾ ਤੁਸੀਂ ਜਵਾਨ ਲੌਂਠੇ ਉਹਨਾਂ ਦੀਆਂ ਧੀਆਂ ਦੇ ਨਾਲ ਜੋ ਚੱਕਰ ਚਲਾ ਰਹੇ ਹੋ ਮੈਂ ਅਸੀਂ ਤੁਹਾਡੇ ਪੈਰ ਹੀ ਪੈਨੇ ਚਾਚਾ ਜੀ ਅਸੀਂ ਕੋਈ ਐਸੀ ਹਰਕਤ ਨਹੀਂ ਕੀਤੀ ਆ ਜ਼ਿਆਦਾ ਨਾ ਖਿੱਚੋ ਵਾਕਈ ਲੱਤਾਂ ਨੇ ਤੇ ਮੁਸਵਾਕਾਂ ਨੇ ਆ ਜ਼ਿਆਦਾ ਨਾ ਖਿੱਚੋ ਜਾ ਕੇ ਲੱਤਾਂ ਲੈ ਗਿਆ ਉਹ ਮੈਂ ਲਾਸਟਕ ਪਾਈ ਕੀ ਕਰਨ ਦੇ ਹੈਗਾ ਯਾਰ ਮਾਫ ਕਰ ਦਿਓ ਬੜੀਆਂ ਖਲੋ ਕੇ ਮਾਲ ਛੋੜੀਆਂ ਨੇ ਮਾਲਸ਼ ਤੇਰੇ ਦਿਮਾਗ ਦੀ ਹੋਣ ਵਾਲੀ ਹੈਗੀ ਏ ਕੀ ਹੋਇਆ ਆ ਜਵਾਨ ਲੌਂਠਾ ਤੇਰੀਆਂ ਧੀਆਂ ਨਾ ਨਾ ਕੀ ਹੈ ਜੀ ਚਾਚਾ ਜੀ ਤੁਹਾਨੂੰ ਗੱਲ ਦੱਸਣੀ ਚਾਹੁੰਦੇ ਆ ਤੁਹਾਡਾ ਯਾਰ ਮਾਰ ਨਿਕਲਿਆ ਜੇ ਤੁਹਾਡੇ ਘਰ ਦਾ ਨਮਕ ਖਾਂਦਾ ਰਿਹਾ ਕਹਿੰਦਾ ਚੌਰ ਦੀ ਨੇ ਦੋਵੇਂ ਧੀਆਂ ਮੈਂ ਚੁੱਕ ਕੇ ਲੈ ਜਣੀਆਂ ਨਹੀਂ ਯਾਰ ਬੂਹੇ ਚ ਹੱਥ ਆ ਗਿਆ ਅਗਲੀ ਗੱਲ ਸੁਣ ਇਹ ਕਹਿੰਦਾ ਮੈਂ ਦੋਵੇਂ ਬੱਚੀਆਂ ਚੁੱਕ ਕੇ ਲੈ ਜਣੀਆਂ ਤੁਹਾਡੀਆਂ ਅੱਛਾ ਗੈਰਤ ਨਹੀਂ ਆ ਰਹੀ ਤੁਹਾਡੇ ਘਰ ਰਹਿ ਕੇ ਕਿਹੋ ਜਿਹੀ ਹਰਕਤ ਕਰਦਾ ਝੂਠੀ ਗੱਲ ਕਰਕੇ ਜਲਸਾ ਮੈਂ ਰੱਖਿਆ ਓਏ ਮੈਂ ਕਹਿੰਦਾ ਕਿ ਬਗੈਰਤ ਤੁਹਾਡੀ ਧੀ ਨੂੰ ਕਹਿ ਰਹੇ ਸੀ ਕਿ ਸਨਮੇ ਚਲੀਏ ਆ ਝੂਠਾ ਕਹਿੰਦਾ ਓਏ ਬਗੈਰਤ ਪੈ ਜਾ ਓਏ ਲੰਟੀਆ ਓਏ ਬਗੈਰਤ ਸ਼ਰਮ ਨਹੀਂ ਆਈ ਇਹਨੂੰ ਪੈ ਜਾ ਪਸਤੌਲ ਕੱਢ ਕੇ ਇਹਨੂੰ ਗੋਲ ਮਾਰ ਛੱਡਾਂਗਾ ਉਹਦਾ ਮਸਲਾ ਓਏ ਯਾਰ ਮਾਰਾ ਓਏ ਯਾਰ ਮਾਰਾ ਓਏ ਪਈਆ ਇਹਨੂੰ ਪੈ ਜਾ ਓ ਬਗੈਰਤਾ ਤੇਰਾ ਮਾਲਕ ਆ ਘਰ ਹੋਏਗਾ ਇੱਥੇ ਤੇ ਰਹਿਣਾ ਇਹਨਾਂ ਨੇ ਗੱਲਾਂ ਦੇ ਨਾਲ ਝੂਠ ਬੋਲ ਕੇ ਆ ਮੈਂ ਦੋਵੇਂ ਬੱਚੀਆਂ ਪਸਤੌਲ ਤੂੰ ਬੇਇੱਜ਼ਤੀ ਕੀਤੀ ਮੈਂ ਤੈਨੂੰ ਨਹੀਂ ਛੱਡਾਂਗਾ ਤੁਸੀਂ ਮਾਰ ਦੇਣਾ ਤੈਨੂੰ ਤੁਸੀਂ ਆਰਾਮ ਨਾਲ ਜਾ ਡਿੱਗਣਾ ਬਗੈਰਤਾ ਉਹ ਮੇਰੀ ਬੱਚੀਆਂ ਨੂੰ ਛੇੜੇ ਮਾਰ ਕੇ ਆ ਗਿਆ ਤੈਨੂੰ ਮੈਂ ਉਹ ਮਰ ਗਿਆ ਹੀ ਇਹੋ ਹੀ ਅਸੀਂ ਚਾਹੁੰਦੇ ਸਾਂ ਉਹ ਤੁਹਾਡਾ ਬੇੜਾ ਕਰਕੇ ਜਾਇ ਵਿਚੜਾ ਮਾਰ ਛੜਿਆ ਜੇ ਉਹ ਮੈਂ ਤੇ ਉੱਤੇ ਚਲਾਈ ਸੀ ਜਦੋਂ ਮਰਨ ਲੱਗਾ ਮੈਂ ਤਾਂ ਥੱਲੇ ਲੈ ਜਾਂਦਾ ਸੀ ਨਾ ਲੋਹੀ ਚੋਰੀ ਇੱਥੋਂ ਬੰਦਾ ਮਰ ਗਿਆ ਉਹ ਮਹੱਲੇ ਦਾ ਇਹਦਾ ਪੈਰ ਹੀ ਕੋਈ ਨਹੀਂ ਚਲਾਈ ਦਾ ਕੋਈ ਮੋਰੀ ਨਹੀਂ ਚਲਾ ਅਜੇ ਨਹੀਂ ਹੋਈ ਇੱਥੇ ਪਟਾ ਕੇ ਚੱਲਦੇ ਪਏ ਨੇ ਪਟਾਕਾ ਇਹਨੂੰ ਕਿਨੇ ਮਾਰਿਆ ਜੀ ਖਾਣੇ ਚਲੀ ਆ ਪਤਾ ਲਹਾ ਦਿਓ ਬਲਦੀਏ ਚ ਕਿਹਦਾ ਲਹਾ ਮਾਰਿਆ ਖੁਦਾ ਹਾਫਿਜ਼ ਫਾਂਸੀ ਲੱਗ ਰਿਹਾ ਹੁਣ ਨਹੀਂ ਨਹੀਂ ਇੱਧਰ ਆ ਬੰਦਾ ਮਰ ਗਿਆ ਕਿੱਥੇ ਚੜ ਕੇ ਚੱਲੇ ਇਹਨੂੰ ਮਾਰਿਆ ਕਿਨੇ ਤੁਸੀਂ ਮੈਂ ਨਹੀਂ ਮਾਰਿਆ ਖਾਣੇ ਜਾਓਗੇ ਤੇ ਆਪੇ ਮਨਾ ਲੈਣਗੇ ਮੈਂ ਗੋਲੀ ਤੇ ਤੌਰ ਕਿਨੇ ਚਲਾਇਆ ਮੈਂ ਮਰੇ ਵੀ ਤੁਹਾਡੇ ਕੋਲ ਹੀ ਤੇ ਆਉਣਾ ਤਾਂ ਕਰੀਏ ਕੀ ਇਹਦਾ ਕਰਨਾ ਕੀ ਬੱਚੀਆਂ ਤੁਹਾਡੀਆਂ ਕਿੰਨੀਆਂ ਨੇ ਦੋ ਬੱਚੀਆਂ ਜੀ ਅਸੀਂ ਕਿੰਨੇ ਆ ਦੋ ਆਪੇ ਹੀ ਸੋਚ ਹੁਣ ਇਹ ਨਹੀਂ ਹੋ ਸਕਦਾ ਤੇ ਫਿਰ ਅਸੀਂ ਥਾਣੇ ਚੱਲੇ ਏ ਠਹਿਰ ਜਾਓ ਥਾਣੇ ਨਾਲ ਜਾਣਾ ਤੇ ਫਿਰ ਸਾਡਾ ਬੱਚੀਆਂ ਨੇ ਵਿਆਹ ਕਰ ਦਿਓ ਪਰ ਮੇਰੀ ਮਜਬੂਰੀ ਨੇ ਬੱਚਿਆਂ ਦੇ ਰਿਸ਼ਤੇ ਤੈਅ ਕਰ ਬੈਠਾ ਤੈਅ ਖੋਲ ਲਾ ਤੂੰ ਬਿਸਤਰਾ ਤੈਅ ਕੀਤਾ ਉਹ ਮੁੰਡੇ ਵਾਲੇ ਅਗਲੇ ਨੇ ਇੱਥੇ ਫਾਂਸੀ ਲੱਗਣੀ ਹੈ ਰਿਸ਼ਤੇ ਦੇਣੇ ਅਸੀਂ ਥਾਣੇ ਚੱਲੀਏ ਵਾਹ ਯਾਰ ਥਾਣੇ ਅਦਰਾ ਠੀਕ ਹੈ ਮੈਨੂੰ ਮਨਜ਼ੂਰ ਹੈ ਛੇਤੀ ਮੰਨ ਗਿਆ ਤੇ ਜੇ ਮਨਜ਼ੂਰ ਆ ਮੇਰੇ ਦੋ ਭਰਾ ਹੋਰ ਹੈਗੇ ਨੇ ਦੋ ਹੋਰ ਹੈ ਅੱਛਾ ਯਾਰ ਗਾ ਸੁਣ ਮੰਨ ਗਏ ਨਾ ਲਾਸਟ ਤਿਆਰੀ ਹੋ ਕੇ ਖਾਣਾ ਖਾ ਲਓ ਹਾਂਜੀ ਖਾਣਾ ਤਿਆਰੀ ਖਾਣਾ ਖਾ ਲਓ ਖਾਣਾ ਤੁਸੀਂ ਅੱਜ ਕਿਸੇ ਹੋਰ ਨਾਲ ਖਾ ਲਓ ਲੈ ਕੀ ਮਤਲਬ ਉਹਦਾ ਮਤਲਬ ਕਿ ਉਹ ਕਿਹੜਾ ਤੇ ਹੋ ਰਿਹਾ ਹੈ ਕੁਛ ਨਹੀਂ ਕੁਛ ਨਹੀਂ ਸਾਬਾ ਅੱਜ ਚਲੋ ਖਾਣਾ ਖਾਵਾਂ ਦਾ ਯਾਰ ਵੈਸੇ ਆਪ ਕਿੱਡਾ ਚਵੜੇ ਜਨਾਨੀ ਵਾਵਾ ਰੱਖੀ ਤੂੰ ਚੱਲਾਂ ਤੇ ਮੈਂ ਖਾਣਾ ਖਾ ਰਿਹਾ ਚੱਲਾਂ ਨਾ ਤੁਸੀਂ ਵੀ ਇਹਨਾਂ ਦਾ ਖਾਣਾ ਤਰੀਕੀ ਚਲਾ ਦਿਓ ਓ ਲਾਸ਼ ਟਿਕਾਣੇ ਲਾਓ ਅੱਛਾ ਵੀ ਗੱਲ ਸੁਣੋ ਇਹਨਾਂ ਚ ਕੋ ਟਿਕਾਣੇ ਲਾਈ ਇੱਕ ਮਿੰਟ ਠਹਿਰ ਹੈ ਕੋਈ ਸਾਹ ਮੈਂ ਚੰਡ ਚੁੰਡ ਮਾਰਨੀ ਆ ਨਹੀਂ ਮਰਿਆ ਹੁਣ ਜਿਹੜਾ ਜਿਉਂਦਾ ਵੀ ਹੋਇਆ ਤਾਂ ਮਰ ਗਿਆ ਹੁਣ ਚਲੋ ਮੈਨੂੰ ਕਹਿੰਦਾ ਜ਼ੋਰ ਦੀ ਨਾ ਮਾਰ ਓ ਲਾਸ਼ ਟਿਕਾਣੇ ਲਾਓ ਜਲਦੀ ਲਾ ਲੈਂਦੇ ਹੁਣ ਤੈਨੂੰ ਬੜਾ ਸ਼ੌਕ ਆ ਓ ਯਾਰ ਐਸੀ ਛੁੱਟ ਦੇ ਪਿਆ ਨਹੀਂ ਮੈਂ ਮਾਰਿਆ ਜਾਵਾਂਗਾ ਓਏ ਜਵਾਨ ਲੈ ਜਾਣਗੇ ਯਾਰ ਚੁੱਕੋ ਚੁੱਕੋ ਹੋਏ ਹੋਏ ਟਿਕਾਣੇ ਲਾਓ ਇੱਕ ਬੁਰਾਈ ਮਰ ਗਈ ਆ ਇੱਕ ਇੱਥੇ ਹੀ ਫਿਰਨ ਦੀ ਜੈਕਟ ਪਾ ਕੇ ਉੱਥੇ ਪਤਾ ਉਹ ਆ ਗਿਆ ਹੁਣ ਇਹਨੂੰ ਨਾ ਪਤਾ ਲੱਗੇ ਪਾਪਾ ਅੱਜ ਕੀ ਕਰ ਰਹੇ ਹੈ ਬੇਟਾ ਜੀ ਜ਼ਰਾ ਪਰੇਸ਼ਾਨੀ ਹੈ ਮੈਨੂੰ ਪਾਪਾ ਇਤਨਾ ਰੰਗ ਪੀਲਾ ਸਰੇ ਹੋਏ ਤੇਰੀਆਂ ਵਿੱਚ ਠੰਡੇ ਕਿਉਂ ਹੋਏ ਨੇ ਬੇਟਾ ਕੋਈ ਕਾਰੋਬਾਰ ਚ ਘਾਟਾ ਪੈ ਗਿਆ ਠੰਡਾ ਮਠਾ ਹੋ ਗਿਆ ਕੀ ਹੋ ਗਿਆ ਪਾਪਾ ਆਪ ਟੈਨਸ਼ਨ ਮੇ ਲੱਗ ਰਹੇ ਹੈ ਮੇਰਾ ਤਾਂ ਦਾ ਲੱਗਾ ਕਿਆ ਹੋਏ ਗੰਜੇ ਤੁਸੀਂ ਪਿੱਛੇ ਸੇ ਕੀ ਕਰ ਰਹੇ ਹੋ ਕੁਝ ਨਹੀਂ ਇਹ ਮਹਿਮਾਨ ਆਏ ਨੇ ਮਹਿਮਾਨ ਨੇ ਇੱਧਰ ਉਹ ਨਹੀਂ ਬੋਲਦੇ ਕੰਨਾਂ ਤੇ ਟੋਪੀ ਆਈ ਅੰਕਲ ਸਲਾਮ ਅਲੈਕਮ ਮੈਂ ਪਹੁੰਚ ਗਿਆ ਵਾਲਿਕ ਬੇਟਾ ਜੀ ਤੁਸੀਂ ਅੰਦਰ ਚਲੋ ਮੇਰੀ ਗੱਲ ਸੁਣੋ ਡੈਡੀ ਸਾਹਿਬ ਦੇ ਕੰਮ ਨੇ ਬਹੁਤ ਜ਼ਰੂਰੀ ਕੀ ਬੇਟਾ ਅਸੀਂ ਨਾ ਕੀ ਉਤੋਂ ਨਾ ਉਤੋਂ ਕੀ ਅਸੀਂ ਨਾ ਹਾਂ ਉਤੋਂ ਨਾ ਉਹ ਕੀ ਉੱਤੇ ਚਾਚੀ ਨੇ ਲੱਥ ਰਿਆ ਚਲੋ ਨਾ ਲਵਾਣਾ ਉਹ ਤੁਸੀਂ ਭੇਜੋ ਮੈਂ ਗੰਗੇ ਨੂੰ ਨਹੀਂ ਭੇਜਣਾ ਚਲੋ ਇਹਨੇ ਟੈਚੀ ਮੈਨੂੰ ਮੇਰੇ ਛੋਟੇ ਨੂੰ ਭੇਜੋ ਛੋਟੇ ਨੂੰ ਮੈਂ ਫਿਰ ਟੈਚੀ ਉਤੋਂ ਨਹੀਂ ਲਵਾਉਣਾ ਮੈਂ ਉੱਤੇ ਰੱਖ ਆਉਣਾ ਓਫੋ ਗੰਗੇ ਚਲੋ ਦੋਸਤ ਆ ਰਹੇ ਆ ਰਹੇ ਚਲੋ ਚਲੋ ਆ ਰਹੇ ਆ ਰਹੇ ਆ ਰਹੇ
منہ تو سیدھا رکھ دار کٹا لگا جی. اب بتائیں آپ سے میری شادی. اچھا تو اسی سلسلے میں حاضر ہوا ہوں. ٹھیک ہے تو آپ میرے خامد لگنے والے ہیں. خامد سمجھ دیو نا. نہیں جڑا رات دے 3 بجے موڑے دے قمیض رکھ کے پھر رہا ہوندا ویڑے. اوکے اوکے ٹھیک ہے. میں ایکچولی ذرا امریکہ سے ہوں نا. اچھا سوال سارے کر لو. جی جی شرطاں طے کر لو. براڈ مائنڈڈ ہوں نا. او خیر پہلے خامد سارے ڈیلیٹ کرو. ہیں کیا؟ نہیں 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 میرے کتنے ویاہ پہلے تہاڈے؟ میری شادی نہیں ہوئی. نہیں نہیں تو تے ویاہ نو ایزی لوڈ سمجھیا. اور نہیں میں اچھا شادی ہوئی نہیں ہے. مس کال والے بندے کنے نے؟ ارے میرے 3-4 کزنز ہیں. او خیر ہے کوئی ایڈا میں غیرت مند نہیں ہے. ٹھیک کزن تو گھر ہی رہتے. اچھا مجھے یہ بتاؤ کہ تم مجھے سہاگ رات کی رات تحفے میں کیا دو گے؟ تو نہیں پتا. نہیں پتا نا. 1.5 کلو سونا. 1.5 کلو سونا؟ سونا سونا نہیں ملتا ہے. محنت کریں گے نا 1.5 کلو سونا دیں گے. اچھا نہیں مجھے پورا سیٹ چاہیے. وہ سیٹ ہی ہوتا ہے. ہاں ٹکا چاہیے. ٹکا؟ ہاں ٹکے ارگائیا. اور ٹاپس بھی چاہیے. وہ بھی نال ہی نے. پورا سیٹ جو لینا تو ساری چیزاں چوڑیاں پیچھے ہی آنے. ٹکا ٹاپس سمجھ آ رہی ہے نا؟ نہیں چلو پھر سیٹ دکھاؤ گے تو دیکھوں گی نا. اچھا نہیں پھر رولا نہ پا دینا. اجے تو دکان تے پیا سیٹ. اچھا ٹھیک ہے سیٹ میں تانوں دیاں گا 33 لینا تے 36 نہیں 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 مجھے N95 چاہیے. وہ بھی بندہ لب لیں گے. بندہ کیا تو تم کیا دو گے؟ دکاندار کو جا کے لے لو. آئی گئے مسلم شیخ صاحب. یہ میرے بڑے بھائی جان نے بڑے امیر نے 90 گٹر کرائے تھے دیتے ہیں. اگو تعارف کراؤ بھائی نے. ادھر میری شادی ہونی ہے. اور کیا حال ہے آپ کے؟ میں بالکل ٹھیک ہوں. کافی سمارٹ ہے آپ. تھینک یو. یہ بہت ہونہار ہے. اچھا میرا بھائی ہے میرا ینگر برادر. کیا بات ہے. میرا بہت ہونہار. اتنا بڑا ہیرو. ہیرو وہ ہوئے. بہت رشتہ ہے اس کے لیے. اچھا آپ خوش قسمت ہیں. تھینک یو. میکڈونلڈ والے والا رشتہ ہے. جی 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 میکڈونلڈ والوں کا. بس ذرا جی گل تو گل رہ گئی. وہ کیا؟ وہ نال چپس نہیں سی دندے. پائن کو جہیز دی گل کر لو. چپس وچ ضرور آ. میں کہ چپس کیا چھ پہلے تے کڑی بعد چوں. اچھا 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 او بغیر ذائقہ نہیں پتہ نا. اچھی گل. ہاں ہاں تو اتنا بڑا ہیرو ہی ہے میرا بھائی. آہا اے سید نور صاحب نہیں فلم ڈائریکٹر. جی جی فلموں والے. ایڈا بڑا ہیرو ہے اینو کھچی پھر دے نے. بچا انہیں 2000 روپیہ دینا. انہیں کر لو تسی. ہو گیا میرا 2000. چلے کوئی بات نہیں میں ہوں نا. ٹھہر جو تسی 2000. آپ کو مزہ ہے بات کس سے؟ مزے سے بات. مزہ ہے بڑی دور نکل گئے. کالا شاہ کاکو پہنچ گئے ہو. آجو واپس لا رہے ہیں. بہت جولی ہے یہ. بہت جولی ہے. اے جناب ہستی بہت خوبصورت. تھینک یو. نام دیتے سنے تاڑے. میں نے ٹائم لگا میں پان دینے لگی. بڑے بڑے نصیحت دس دیں. یہ کیڑی نصیحت ہے؟ ہو گیا آپ کو اچھی بات کریں. پھاگ پھاگ پکڑ دی. اس سے تمہاری شادی ہونی ہے کوئی ایسی بات نہیں کرنا. اور جلدی گل ختم کر. اجی دا کوٹ ہے نا وہ آیا باہر. اچھا جی اپنا بھائی نا. چلو آپ بات کر لیں. میں آپ کے لیے چائے بھجواتا ہوں. آپ بہت بورنگ ہے. آپ کے گھر میں کوئی فنکشن وغیرہ نہیں ہوتے؟ نہیں تانو کا دلی سدیا. فنکشن باہر کرانا تو تیرنا ویاہ کا فنکشن یعنی کہ ڈانس. ہاں مائی گاڈ خبردار تھے ڈانس کیتا دے. کیوں اوتھے کر رہے
آتے بھی آتے بھی آپ کبھی باہر گئے ہاں بہت کہاں گئے ہیں روز گھروں باہر جاندا نہیں ملک سے باہر ساڈی تے ساری فیملی باہر ہاں جی اتنا باہر گئے ملے جو سانو باہر لا باہر لا کہنے لگ پئے بہت سی او گریٹ ابھی یورپ گئے ہم یورپ یورپ سب گھوما میں نے اچھا آپ مری جائیں گی ہاں جاؤں گی پر میں نہیں جا سکتا وجہ میں نہیں بڑھن دوں دیو کیوں مثال بنی روٹی چون دی بندے بندہ ٹھڈ وڈے ہو گئے اس نے مجھ سے سوری کر لیا کرنی سی جدو روٹی جو سستی ہو گئی سی ڈیڑھ سو لینڈ سے